ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਜਾਂ ਨਹੀਂ ਵੜਨਾ ਦਿੰਦੇ ਭਾਜਪੀ ਦੀ ਸ਼ਿਕਾਇਤ ਤੇ ਸੀਈਓ ਨੇ ਡੀਜੀਪੀ ਤੋਂ ਮੰਗੀ ਰਿਪੋਰਟ ਪੰਜਾਬ ਪਾਈਪਾ ਦੇ ਵਫਾਦ ਦੇ ਵੱਲੋਂ ਸਵੇਰ ਦੇ ਵੇਲੇ ਆਪਾਰਟੀ ਦੇ ਅਮੀਰਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕੇ ਜਾਣ ਅਤੇ ਆਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੌខਾ ਚੋਣ ਅਧਿਕਾਰੀ ਸਿਬਨ ਸਿੰਘ ਨੇ ਡਾਇਰੈਕਟਰ ਜਨਰਲ ਆਫ ਪੁਲਿਸ ਐਸਐਸਪੀ ਤੋਂ ਇਸ ਸਬੰਧੇ ਕਾਰਵਾਈ ਰਿਪੋਰਟ ਮੰਗੀ ਹੈ ਦਾ ਸੰਯੋਗ ਹੈ ਕਿ ਪੰਜਾਬ ਪਾਈਪਾ ਦੇ ਵਫਾਦ ਨੇ ਇੱਥੇ ਮੌខਾ ਚੋਣ ਅਧਿਕਾਰੀ ਦੇ ਨਾਲ ਉਨ੍ਹਾਂ ਦੇ ਦਫ਼ਤਰ ਬੇਕੇ ਮੁਲਾਕਾਤ ਕਰਕੇ ਆਜ਼ਾਦ ਅਤੇ ਨਰਪਖਾ ਚੂਨਾ ਅਮਲ ਨੂੰ ਯਕੀਨੀ ਬਣਾਉਣ ਅਤੇ ਚੂਣ ਪ੍ਰਚਾਰ ਦੇ ਅਧਿਕਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਉਹਨਾਂ ਨੇ ਉਸ ਵੇਲੇ ਵਿਚ ਚੂਨਾ ਦੇ ਸਮੇਂ ਦੇ ਦੌਰਾਨ ਆਪਣੇ ਅਮੀਰਵਰਨ ਦੀ ਸੁਰੱਖਿਆ ਨੂੰ ਲੈ ਕੇ ਵੀ ਖਦਸ਼ਾ ਪ੍ਰਗਟਾਇਆ ਭਾਜਪਾ ਦੇ ਬਫਾ ਦੇ ਵੱਲੋਂ ਆਪਣਾ ਤਫਸੀਲ ਸ਼ਿਕਾਇਤ ਪੱਤਰ ਸੌਂਪੇ ਜਾਣ ਤੋਂ ਬਾਅਦ ਦਾ ਮੌਕਾ ਚੂਨਾ ਅਧਿਕਾਰੀ ਨੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਨੂੰ ਤਤਕੋਜ ਅਤੇ ਕਾਰਵਾਈ ਰਿਪੋਰਟ ਸੰਪੰਨ ਦੇ ਕਿਹਾ ਹੈ ਸਨੀਲਾ ਜਾਕੜ ਨੇ ਕਹਿ ਕਿਆ ਆਮ ਆਰਮੀ ਪਾਰਟੀ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਵਾ ਰਹੇ ਹਨ। ਇਹ ਕਿਸਾਨਾਂ ਦਾ ਨਾਮ ਬਦਨਾਮ ਕਰਵਾ ਰਹੇ ਹਨ ਜਾਕੜ ਨੇ ਕਹਿ ਕੇ ਜੈ ਸਕ ਸਾਨ ਦੀ ਮੌਤ ਹੋਈ ਆ ਤੇ ਉਹਦੇ ਮੌਤ ਉਤੇ ਦੁੱਖ ਹੈ ਪਰ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ। ਜਾਕੜ ਨੇ ਕਹਿ ਕੇ ਇਹਨਾਂ ਪਾਰਟੀਆਂ ਨੂੰ ਡਰਾ ਕੇ ਜੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਬੈਚਾਂ ਪ੍ਰਚਾਰ ਕਰਨ ਦੇ ਲਈ ਗਈ ਤਾਂ ਇਹਨਾਂ ਦਾ ਸੁਪੜਾ ਸਾਫ ਹੋ ਜਾਵੇਗਾ। ਅਗਲੀ ਖਬਰ ਸਟੰਟ ਬਾਜੀ ਵਾਲੇ ਬਿਆਨ ਤੇ ਚੰਨੀ ਦੀ ਸਫਾਈ ਕਿਹਾ ਪਿਛਲੀਆਂ ਚੂਣਾ ਵੇਲੇ ਹੋਏ ਹਮਲੇ ਦੀ ਨਹੀਂ ਹੋਈ ਜਾਂਚ। ਜੀ ਆਂ ਦੋਸਤੋ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਮੀਰ ਬਾਰ ਚਰਨਜੀਤ ਸੰਘਾ ਚੰਨੀ ਨੇ ਜੰਮੂ ਕਸ਼ਮੀਰ ਦੇ ਪਹੁੰਚ ਦੇ ਬੈਚਾਂ ਹਵਾਈ ਫੌਜਾਂ ਦੇ ਕਾਫਲੇ ਤੇ ਹੋਏ ਅਤਵਾਦੀ ਹਮਲੇ ਲੈ ਕੇ ਆਪਣੇ ਵਿਵਾਦਤ ਬਿਆਨ ਤੇ ਹੁਣ ਸਫਾਈ ਦਿੱਤੇ ਹੈ ਚੰਨੀ ਨੇ ਕਹਿ ਕੇ ਮੇਰੇ ਬਿਆਨ ਨੂੰ ਤੋੜਾ ਮਰੋੜ ਕੇ ਪੇਸ਼ ਕੀਤਾ ਗਿਆ ਮੇਰਾ ਕਹਿੰਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਅਜਿਹਾ ਹੀ ਮਾਮਲਾ ਹੋਇਆ ਸੀ ਪਰ ਭਾਜਪਾ ਦੇ ਬੁਲਾਹ ਦੇ ਜਾਂਚ ਤੱਕ ਨਹੀਂ ਕੀਤੀ ਗਈ ਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਔਕਤਾ ਹਮਲੇ ਦੇ ਵਿੱਚ ਕੌਣ-ਕੌਣ ਸ਼ਾਮਲ ਸਨ ਚੰਨੀਰਾ ਕਹਿੰਦਾ ਹੈ ਕਿ ਜੰਮੂ ਕਸ਼ਮੀਰ ਦੇ ਰਾਏ ਪਾਲ ਸਤਿਆ ਪਾਲ ਮਲਕ ਨੇ ਪਿਛਲੇ ਹਮਲੇ ਬਾਰੇ ਕਿਹਾ ਸੀ ਕਿ ਅਜਾਹੇ ਹਮਲੇ ਦੁਬਾਰਾ ਵੀ ਹੋ ਸਕਦੇ ਹਨ ਪਰ ਸਰਕਾਰ ਨੇ ਅਕਤ ਸ਼ਿਕਾਇਤ ਦੀ ਸਾਰ ਤੱਕ ਨਹੀਂ ਲਈ ਸੁਨੀਲਾ ਜਾਖੜ ਨੇ ਮੰਗਿਆ ਸੀ ਪੀਐਮ ਦਾ ਅਸਤੀਫਾ ਚਿੰਿੰਦਾ ਕਹਣਾ ਕਿ ਪੰਜਾਬ ਭਾਈਪਾ ਪ੍ਰਧਾਨ ਸੁਨੀਲਾ ਜਾਖੜ ਨੇ ਪਿਛਲੇ ਹਮਲੇ ਨੂੰ ਲੈ ਕੇ ਪੀਐਮ ਮੋਦੀ ਤੋਂ ਅਸਤੀਫਾ ਮੰਗਿਆ ਸੀ ਇਹ ਹਮਲਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ ਇਹ ਬਿਆਨ ਜਾਕੜ ਨੇ ਸਤੇ ਤੇ ਦਤਾ ਸੀ ਚੰਨੀ ਦਾ ਕਣਕੇ ਜਾਖੜ ਦਾ ਕੋਈ ਸਟੈਂਡ ਨਹੀਂ ਆ ਚੰਨੀ ਨੇ ਕਹਿ ਕੇ ਮੇਰੇ ਜਦੋਂ ਮੇਰੇ ਦੇਖਦੇ ਜਬਾਨ ਸ਼ਹੀਦ ਦਾ ਹੁੰਦੇ ਹੰ ਤਾਂ ਮੈਨੂੰ ਦੁੱਖ ਹੁੰਦਾ ਪਰ ਪਾਇਪਾ ਨੂੰ ਇਹ ਆਪਣਾ ਸਟੰਟ ਬਣਾ ਰਹੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 220 ਵਕੀਲਾਦਿਆਂ ਡਿਗਰੀਆਂ ਫਰਜ਼ੀ ਲਾਇਸੈਂਸ ਹੁਣਗੇ ਰੱਦ ਵਕਾਲਤ ਤੇ ਲੱਗੇਗੀ پابੰਦੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਬਾਰ ਕਾਉਂਸਲ ਕੋਲਾਰ ਯਟਰਾਡ 220 ਵਕੀਲਾਦਿਆਂ ਫਰਜ਼ੀ ਡਿਗਰੀਆਂ ਸਾਹਮਣੇਆਂ ਤੇ ਜਾਲੇ ਡਿਗਰੀਆਂ ਦੇ ਆਧਾਰ ਤੇ ਪ੍ਰੈਕਟਿਸ ਕਰਨ ਵਾਲੇ ਵਕੀਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਇਹ ਨਹੀਂ ਨਹੀਂ ਇਨਾ ਰੋਲਮੈਂਟਾਂ ਲਿਸਟ ਵਿੱਚੋਂ ਵੀ ਉਹਨਾਂ ਦੇ ਨਾਂ ਹਟਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਿਆ ਜਿਸ ਕਾਰਨ ਉਹ ਉਪਵੈਕਰ ਵਿੱਚ ਆਪਣੀ ਜਾਇਜ਼ ਡਿਗਰੀ ਲੈ ਕੇ ਵੀ ਕਾਨੂੰਨ ਦੇ ਪ੍ਰੈਕਟਿਸ ਨਹੀਂ ਕਰ ਸਕਣਗੇ 바ਰ ਕਾਉਂਸਲ ਦੇ ਬਲੋਂ ਗਠਿਤ ਕਮੇਟੀ ਨੇ ਕਈ ਵਕੀਲਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ ਕੇਜਰੀਬਾਲ ਤੇ ਖਾਲਿਸਤਾਨ ਸਮਰਥਕਾਂ ਤੋਂ ਪੈਸੇ ਲੈਣ ਦੇ ਇਲਜ਼ਾਮ ਐਲ ਜੀ ਨੇ ਐਨ ਆਈ ਐ ਜਾਂਚ ਲਈ ਕੀਤੀ ਸਿਫਾਰਿਸ਼ ਦਿੱਲੀ ਸ਼ਰਾਬ ਨੇਤੀ ਮਾਮਲੇ ਦੇ ਵਿੱਚ ਆ ਗ੍ਰਫਤਾਰ ਕੀਤੇ ਗਏ ਦਿੱਲੀ ਦੇ ਮੋਕਮੰਤਰੀ ਅਰਵਿੰਦ ਕੇਰੀਵਾਲ ਨੇ ਹੁਣ ਐਨਆਈਬੀ ਆਪਣੀ ਸ਼ਿਕੰਜਾ ਕਸਨ ਜਾਰੀ ਦਿੱਲੀ ਦੇ ਉਪ ਰਾਏ ਪਾਲ ਬੀਕੇ ਸਖਸੈਨਾ ਨੇ ਅਰਵਿੰਦ ਕੇਰੀਵਾਲ ਦੇ ਖਿਲਾਫ ਐਨਆਈਏ ਜਾਂਚ ਦੀ ਸਿਫਾਰਿਸ਼ ਕੀਤੀ ਹੈ ਦਿੱਲੀ ਦੇ ਐਲਜੀ ਨੇ ਖਾਲਿਸਤਾਨ ਪੱਖੀ ਸੰਗਠਨ ਸਿੱਖ ਪੁਰਜਾਟਸ ਤੋਂ ਪੰਡ ਲੈਣ ਦੇ ਮਾਮਲੇ ਵਿੱਚ ਮੋਕਮੰਤਰੀ ਕੇਰੀਵਾਲ ਦੇ ਖਿਲਾਫ NIA ਜਾਂਚ ਦੇ ਸਫਾਰਿਸ਼ ਕੀਤੇ ਆ ਉਹਨਾਂ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਗ੍ਰਹਿ ਮੰਤਰਾਲੇ ਨੂੰ ਲਿਖਿਆ ਇੱਕ ਪੱਤਰ ਦੇ ਵਿੱਚ ਆ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਦੋਸ਼ ਮੁੱਖ ਮੰਤਰੀ ਦੇ ਖਿਲਾਫ ਹੰਤੇ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਤੋਂ ਇੱਕ ਰਾਜਨੇਤਾ ਕਾ ਪਾਰਟੀ ਨੂੰ ਲੱਖਾਂ ਡਾਲਰ ਦੇ ਕਤਤਾ ਪੰਡਿੰਗ ਦੇ ਨਾਲ ਸਬੰਧਤਾਂ ਤੇ ਅਦਾਲੀ ਸ਼ਿਕਾਇਤ ਕਰਤਾ ਦੇ ਦੁਆਰਾ ਤਿਆਰ ਇਲੈਕਟ੍ਰੋਨਿਕ ਉਪਕਰਨਾ ਸਮੇਤ ਫਰਸਕਾ ਜਾਂਚ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ ਮੌਸਮਾ ਵਿਭਾਗ ਦੇ ਪੁਵੈਖਬਾਨ ਅਨੁਸਾਰ ਅਜਨ ਤੱਕ ਨਹੀਂ ਗਰਮੀ ਤੋਂ ਰਹਾ ਤਾਂ ਅਸ ਦਿਨ ਬਦਲੇਗਾ ਮੌਸਮ ਜਾਣੋ ਮੌਸਮ ਦੇ ਮੱਧ ਨਜ਼ਰ ਗਰਮੀ ਦਾ ਪ੍ਰਕੋਪ ਲਗਾਤਾਰ ਬਾਦਰ ਹੈ ਜਿਸ ਤਹਿਤ ਰਾਜ ਦੇ ਕਈ ਥਾਵਾਂ ਤੇ ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ ਤੇ ਜਿਸ ਨਾਲ ਸੋਮਵਾਰ ਨੂੰ ਪੰਜਾਬ ਦੇ ਲੁਧਿਆਣਾ ਦਾ ਸਮਰਾਲਾ ਤੇ ਅਬੋਹਰਾ ਸਭ ਤੋਂ ਜ਼ਿਆਦਾ ਗਰਮ ਰਿਹਾ ਪੰਜਾਬ ਦੇ ਵਿੱਚ ਐਤਵਾਰ ਨੂੰ ਮੌਸਮ ਮੌਖਸ਼ ਕਰਨ ਦੇ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਕਾਫੀ ਗਰਮ ਰਿਹਾ ਜਿਸ ਕਾਰਨ ਸਵੇਰੇ ਦੇ ਦਰਜਨ ਦੇ ਕਰੀਬਾ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ ਸਮਰਾਲਾ ਤੇ ਅਬੋਹਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦ ਕਿ ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਤਾਪਮਾਨ ਦੇ ਵਿੱਚ ਲਗਭਗ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜਾ ਰਿਕਾਰਡ ਕੀਤਾ ਗਿਆ ਤੇ ਜਾਦੇ ਮੱਧ ਨਾਜਰਬਾਦ ਰੇ ਗਰਮੀ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸचेत ਰਹਿਣ ਦੀ ਵੀ ਸਲਾਹ ਦਿੱਤੀ ਗਿਆ ਤੇ ਦਿਨਾਲੀ ਹਰਿਆਣਾ ਵਿੱਚ 1.5 ਡਿਗਰੀ ਸੈਲਸੀਅਸ ਦਾ ਤਾਪਮਾਨ ਦਾ ਵਾਧਾ ਹੋਇਆ ਜਾ ਰਿਹਾ ਹੈ ਹਰਿਆਣਾ ਸਟੇਟ ਦੇ ਵਿੱਚ ਦਿਨ ਦਾ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮਾ ਵਿਗਿਆਨੀਆਂ ਦੇ ਅਨੁਸਾਰ 8 ਮਈ ਤੱਕ ਪੰਜਾਬ ਦੇ ਵਿੱਚ ਮੌਸਮਾ ਖੁਸ਼ਕ ਰਵੇਗਾ ਤੇ ਗਰਮੀ ਦੇ ਵਿੱਚ ਬਾਧਾ ਹੁੰਦਾ ਅੰਦਾਜ਼ਾ ਲਾਇਆ ਜਾ ਰਿਹਾ ਪਰ 9 ਮਈ ਤੋਂ ਮੌਸਮ ਦੇ ਵਿੱਚ ਬਦਲਾ ਆਵੇਗਾ ਜਿਸ ਤੋਂ ਬਾਅਦ ਪੱਛਮੀ ਪੌਣਾ ਦੇ ਮੋੜ ਸਰਗਰਮ ਹੁੰਦੇ ਨਾਲ 11 ਮਈ ਤੱਕ ਪੰਜਾਬ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਦਲ ਬਾਈ ਆ ਸਕਦੇ ਆ ਤੇ ਕੁਝ ਥਾਵਾਂ ਤੇ ਮੀਂਹ ਵੀ ਪੈ ਸਕਦਾ ਹੈ ਇੰਤਜ਼ਾਰ ਹੋਇਆ ਖਤਮ ਸੀਐਸਸੀਈ ਬੋਰਡ ਨੇ ਐਲਾਨੇ ਨਤੀਜੇ ਇਹਨਾਂ ਚੈੱਕ ਕਰੋ ਆਪਣੇ ਨਤੀਜੇ ਇੰਡੀਆ ਨਾ ਸਕੂਲਰ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ CISE, CE ਜਾਨੀ 10ਵੀਂ ਅਤੇ ISCE ਜਾਨੀ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਅਤੇ ਇਸ ਦੇ ਨਾਲ 12ਵੀਂ ਜਮਾਤ ਦੇ ਬੱਚਾ ਕੋਲਾ 98% ਵਿਦਿਆਰਥੀ ਪਾਸ ਹੋਏ ਹਨ ਜਦੋਂ ਕਿ 10ਵੀਂ ਜਮਾਤ ਦੇ ਕੋਲਾ ਪਾਸ ਅਪ੍ਰਤੀਸ਼ਾਤ 99% ਰਹੀ ਹੈ ਜਿਹੜੇ ਅਮੀਰ ਬਾਰਾਂ ਨੇ ਇਸ ਸਾਲ 10ਵੀਂ ਜਾਂ 12ਵੀਂ ਜਮਾਤ ਦੇ ਪ੍ਰੀਖਿਆ ਦਿੱਤੀਆਂ ਹਨ ਤੇ ਉਹ ਅਧਿਕਾਰਤਾ ਵੈਬਸਾਈਟ ਤੇ ਜਾ ਕੇ ਨਤੀਜੇ ਦੇਖ ਸਕਦੇ ਹਨ ਅਜਿਹਾ ਕਰਨ ਲਈ ਬੋਰਡ ਆ ਦੇ ਅਧਿਕਾਰਤਾ ਵੈਬਸਾਈਟ ਦਾ ਪਤਾ ਹੈ cisc.org ਇਸ ਤੋਂ ਇਲਾਵਾ ਨਤੀਜੇ ਦੇਖਣ ਦੇ ਲਈ ਇਸ ਵੈਬਸਾਈਟ ਤੇ ਵੀ ਜਾਇਆ ਜਾ ਸਕਦਾ results.cisc.org ਅਗਲੀ ਖਬਰ ਪਰਮਾਣੂ ਹਥਿਆਰਾਂ ਨੂੰ ਬਾਹਰ ਕੱਢੋ ਫਰਾਂਸ ਨੇ ਯੂਕਰੇਨ ਦੇ ਵਿੱਚ ਫੌਜਾਂ ਭੇਜੀ ਪੁੱਤਣ ਨੇ ਗੁੱਸਰ ਵਚਾ ਕੇ ਦਿੱਤਾ ਇਹ ਹੁਕਮਾਂ ਜੋਕਰੇਨ ਦੇ ਨਾਲ 2 ਸਾਲਾਂ ਤੋਂ ਬਾਅਦ ਦਾ ਸਮੇਂ ਤੋਂ ਚੱਲ ਰਹੀ ਜੰਗ ਦੇ ਵਿੱਚਕਾਰ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੋਤਨ ਨੇ ਇੱਕ ਵਾਰ ਫਿਰ ਸਖਤਰ ਬਈਆ ਦਾ ਕਾਇ ਪੋਤਨ ਨੇ ਰੂਸੀ ਫੌਜ ਨੂੰ ਪਰਮਾਣੂ ਤਿਆਰਾਂ ਦੇ ਨਾਲ ਅਭਿਆਸ ਕਰਨ ਦਾ ਹੁਕਮ ਦਿੱਤਾ ਹੈ। ਉਸ ਨੇ ਇਹ ਹੁਕਮ ਯੂਕਰੇਨ ਸਰਾਦਤੇ ਤਨਾਤ ਫੌਜ ਅਤੇ ਜਲ ਸੈਨ ਨੂੰ ਦਿੱਤਾ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਦੇ ਵਿੱਚ ਕਹਿ ਕਿ ਅਭਿਆਸ ਦੇ ਦੌਰਾਨ ਪਰਮਾਣੂ ਤਿਆਰਾਂ ਦੀ ਤਿਆਰੀ ਅਤੇ ਉਹਨਾਂ ਦੇ ਵਰਤੋਂ ਕਰਨ ਦੇ ਉਹ ਪਾਕ ਕਿਤੇ ਜਾਣਗੇ ਇਹ ਅਭਿਆਸ ਭਵੈਕ ਨੂੰ ਤੈਨ ਬੈਚ ਚ ਰੱਖਦੇ ਹੋਏ ਕਰਵਾਏ ਜਾਣਗੇ ਤੇ ਅਦਾ ਮਕਸਦ ਕਹੋ ਜਾ ਪੱਛਮੀ ਦੇਸ਼ਾਂ ਦੇ ਖਾਤਰਿਆਂ ਦੇ ਮੱਧ ਨਜ਼ਰ ਰੂਸ ਦੀ ਖੇਤਰੀ ਅਖੰਡਤਾ ਨੂੰ ਯਕੀਨੀ ਬਣਾਉਣਾ ਹੈ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਸਭਿਆਦੇ ਵਿੱਚ ਫੌਜੀ ਜਾਜ ਅਤੇ ਸਮੁੰਦਰੀ ਫੌਜਾਂ ਸ਼ਾਮਲ ਹੋਗੇ ਤੇ ਜਿਸ ਵਿੱਚ ਯੂਕਰੇਨ ਦੀ ਸਰਹੱਦ ਅਤੇ ਕਬਜ਼ੇ ਵਾਲੀ ਯੂਕਰੇਨ ਦੇ ਖੇਤਰ ਦੇ ਵਿੱਚ ਤਨਾਤ ਫੌਜੀ ਵੀ ਹਿੱਸਾ ਲੈਣਗੇ ਫ੍ਰਾਂਸ ਨੇ ਪਹਿਲੀ ਵਾਰ ਯੂਕਰੇਨ ਦੇ ਵਿੱਚ ਫੌਜ ਭੇਜੀ ਹਿੰਦੁਸਤਾਨ ਟਾਈਮ ਦੇ ਦਰਪਰਦੇ ਮੁਤਾਬਕ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਇਹ ਹੁਕਮ ਜाहिर ਸਮਰਬਾਚ ਦਿੱਤਾ ਜਦੋਂ ਫ੍ਰਾਂਸ ਨੇ ਪਹਿਲੀ ਵਾਰ ਯੂਕਰੇਨ ਦੇ ਵਿੱਚ ਆਪਣੀ ਫੌਜ ਭੇਜੀ ਹੈ ਯੂਕਰੇਨ ਦੀ ਫੌਜ ਦੇ ਸਮਰਥਨ ਦੇ ਵਿੱਚ ਫ੍ਰੈਂਚ ਸੈਨਿਕਾਂ ਨੂੰ ਸਲਾ ਵਯਾਸਕ ਬੇਚਾ ਤਨਾਤਾ ਕੀਤਾ ਗਿਆ ਮੀਡਰ ਪੁਤਿਨ ਦੇ ਮੁਤਾਬਕ 100 ਸੈਨਿਕਾਂ ਦੇ ਟੁਕੜੇ ਨੂੰ ਯੂਕਰੇਨ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਬਾਅਦ ਵਿੱਚ ਹੋਰ ਫੌਜੀ ਵੀ ਭੇਜੇ ਜਾਣਗੇ ਪੁੱਤਨ ਨੇ ਪਰਮਾਣੂ ਜੰਗ ਦੀ ਚੇਤਾਵਨੀ ਦਿੱਤੀ ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਪੁੱਤਨਾ ਕਈ ਵਾਰ ਪਰਮਾਣੂ ਜੰਗ ਨੂੰ ਲੈ ਕੇ ਚੇਤਾਵਨੀ ਦੇ ਚੁੱਕਿਆ ਹਨ ਫਰਵਰੀਅਰ ਵਿੱਚ ਰਾਸ਼ਟਰ ਨੂੰ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਪਰਮਾਣੂ ਯੁੱਧ ਦਾ ਅਸਲ ਖਤਰਾ ਹੈ ਹਾਲਾਂਕਿ ਪਰਮਾਣੂ ਤਿਆਰਨ ਦੇ ਨਾਲ ਅਭਿਆਸ ਕਰਨ ਦੇ ਫੈਸਲੇ ਦੇ ਨਾਲ ਤਣਾਅ ਵੱਧ ਸਕਦਾ ਹੈ ਅਗਲੀ ਖਬਰਾਂ ਆਕਾਲੀ ਦਲ ਨੂੰ ਵੱਡਾ ਝਟਕਾ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘਾ ਬਟਰੇਲਾ ਨੇ ਛੱਡੀ ਪਾਰਟੀ। ਲੋਕ ਸਭਾ ਚੋਣਾਂ ਦਰਾਣਾ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘਾ ਬਟਰੇਲਾ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘਾ ਬਟਰੇਲਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਸੋਮਵਾਰ ਨੂੰ ਉਹਨਾਂ ਪਾਰਟੀ ਪ੍ਰਧਾਨ ਸਕਬੀਰਾ ਬਾਦ ਨੂੰ ਟੈਕਾਟਾ ਵਾਪਸ ਕਰ ਦਿੱਤੇ ਬਟਰੇਲਾ ਨੇ ਦੋਸ਼ ਲੈ ਕੇ ਚੋਣਾਂ ਲੜਨ ਤੋਂ ਪਹਿਲਾਂ ਪਾਰਟੀ ਅੱਗੇ ਮੰਗ ਰੱਖੀ ਗਈ ਸੀ ਕੇਸ਼ ਰਮਣੀਆ ਕਾਲੀ ਦਲ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਚੋਣਾਂ ਲੜ ਰਿਹਾ ਹੈ ਦੇ ਲਈ ਚੰਡੀਗੜ੍ਹ ਦੇ ਵਿੱਚ ਚੋਣਾਂ ਲੜਨ ਦੇ ਲਈ ਸੀਨੀਅਰ ਆਗੂਆਂ ਦੀ ਲੋੜ ਪਵੇਗੀ ਪਰ ਪਾਰਟੀ ਪ੍ਰਧਾਨ ਸਕਬੀਰਾ ਸਿੰਘਾ ਬਾਦਲ ਹਲੇ ਵੀ 13 ਸੀਟਾਂ ਤੇ ਚੋਣ ਪ੍ਰਚਾਰ ਕਰਿਆ ਨੂੰ ਉਹ 14ਵੀਂ ਸੀਟਾ ਭੁੱਲ ਗਿਆ ਨਾ ਹਰਦੀਪ ਸਿੰਘਾ ਚੰਡੀਗੜ੍ਹ ਆ ਕਾਲੀ ਦਲ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਵਿੱਚ ਆ ਪਾਰਟੀ ਦੇ ਇੱਕ ਅਲੌਤੇ ਕਾਉਂਸਲਰ ਹਨ ਹਰਦੀਪ ਸਿੰਘ ਨੇ ਐਲਾਨ ਕੀਤਾ ਕਿ ਉਹਨਾਂ ਦੇ ਨਾਲ ਚੰਡੀਗੜ੍ਹ ਅਕਾਲੀ ਦਲ ਦੀਆਂ ਸਾਰੀਆਂ ਕਾਈਆਂ ਦੇ ਪ੍ਰਧਾਨ ਨੇ ਬੇਅਸਤੀਫ ਦੇ ਦਿੱਤਿਆਂ ਤੇ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਕੇ ਉਹ ਕਿਸੇ ਹੋਰ ਆ ਪਾਰਟੀ ਦੇ ਵਿੱਚ ਨਹੀਂ ਜਾਣਗੇ ਉਹ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋਣ ਦੇ ਕਾਰਨ ਹੀ ਪਾਰਟੀ ਛੱਡ ਰਹੇ ਹਨ ਪੰਜਾਬ ਵਿੱਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਨहां ਦੋਸਤੋ ਪੰਜਾਬ ਦੇ ਬੈਚ ਚ ਲੋਕ ਸਭਾ ਚੋਣਾਂ 2024 ਦੇ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਅੱਜ 7 ਮਈ ਤੋਂ ਹੋ ਰਹੀ ਹੈ ਇਹਨਾਂ ਚੋਣਾਂ ਨੂੰ ਸ਼ਾਂਤ ਤੇ ਪੂਰਵਕ ਨਰਪੱਖ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਨੇਪਰੇ ਚਾੜਨ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਦੇ ਲਈ ਜਨਰਲ ਅਤੇ ਪੁਲਿਸ ਅਫਸਰਾਂ ਦੇ ਨਿਯੁਕਤ ਹੀ ਕਰ ਦਿੱਤੀ ਹੈ ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ ਇਸ ਬਾਬਤ ਜਾਣ ਕਰ ਦਿੰਦਿਆਂ ਪੰਜਾਬ ਦੇ ਮੌਕੇ ਚੋਣ ਅਧਿਕਾਰੀ ਸਬਨ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈਏਐਸ ਅਧਿਕਾਰੀਆਂ ਨੂੰ ਜਨਰਲ ਅਬਜ਼ਰਵਰ ਲਾਇਗਿਆ ਗਿਆ ਜਰਕੇ 7 ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਅਬਜ਼ਰਵਰ ਨਿਯੁਕਤ ਕੀਤਾ ਗਿਆ ਤੇ ਸਾਰੇ ਅਧਿਕਾਰੀ ਚੋਣਾਂ ਦੇ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਚੋਣ ਜਾਬਤੇ ਸੰਬੰਧੇ ਨਿਯਮਾਂ ਤੇ ਹਦਾਇਤਾਂ ਦੇ ਪਾਲਣ ਨੂੰ ਯਕੀਨੀ ਬਣਾਉਣ ਦੇ ਲਈ ਆਪਣੇ ਡਿਊਟੀ ਨਿਭਾਉਣਗੇ ਪੰਜਾਬ ਦੇ ਵਿੱਚ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਜਲਦੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਲਦੀ ਪੰਚਾਇਤੀ ਚੋਣਾਂ ਦਾ ਤਰੀਕਾ ਦਾ ਐਲਾਨ ਕੀਤਾ ਜਾ ਸਕਦਾ ਹੈ। ਅਗਲੀ ਖਬਰਾਂ ਚੋਣ ਪ੍ਰਚਾਰ ਤੋਂ ਵੱਡੇ ਸਿਆਸੀ ਆਗੂਆਂ ਨੇ ਟਾਲਾ ਬਟਿਆ। ਜਿਵੇਂ ਦੋਸਤੋ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਮਾਲਵੇ ਦੇ ਵੱਡੇ ਸਿਆਸੀ ਆਗੂ ਚੋਣ ਪ੍ਰਚਾਰ ਤੋਂ ਦੂਰ ਹਨ ਤੇ ਉਹ ਚੋਣਾਂ ਵੀ ਨਹੀਂ ਲੜ ਰਹੇ ਨੇ ਤੇ ਪੰਜਾਬ ਦੀ ਸਿਆਸਤ ਵਿੱਚ ਸ਼ਾਇਰਣ ਵਾਲੇ ਜਗਮੀਤ ਸੰਗ ਬਰਾੜ ਹੁਣ ਤੱਕ ਆਦਿਆਂ ਚੋਣਾ ਸਰਗਰਮੀਆਂ ਦੇ ਵਿੱਚ ਕਿਧਰੇ ਨਜ਼ਰ ਨਹੀਂ ਆਈ ਇਸੇ ਤਰ੍ਹਾਂ ਉਹਨਾਂ ਦਾ ਭਰਾ ਰਿਪਜੀਤ ਸੰਗ ਬਰਾੜ ਚੋਣ ਸਰਗਰਮੀਆਂ ਤੋਂ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸੰਗ ਬਰਾੜ ਦੇ ਪਰਿਵਾਰਕ ਮੈਂਬਰ ਵੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆ ਕਿਧਰੇ ਨਜ਼ਰ ਨਹੀਂ ਆ ਰਹੇ ਮਾਨਪ੍ਰੀਤ ਸੰਗ ਬਾਦਲ ਨੂੰ ਇਸ ਵਾਰ ਪਾਇਪਾ ਨੇ ਆਪਣਾ ਉਮੀਦਵਾਰ ਨਹੀਂ ਬਣਾਇਆ ਤੇ ਉਹ ਠੰਡਾ ਸ਼ਾਟਕੇ ਆਪਣੇ ਜੱਦੀ ਉਧਾਨ ਸਭਾ ਹਲਕਾ ਗਿੱਦੜਬਾਦ ਵੇਚ ਦਾ ਵਾਪਸ ਚਲੇ ਗਏ ਹਨ ਪਰ ਕਿਸੇ ਤਰ੍ਹਾਂ ਦੇ ਲਈ ਚੋਣ ਪ੍ਰਚਾਰ ਨਹੀਂ ਕਰੇ ਮਾਲਵੇ ਦੇ ਵੇਚ ਚ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਟਾਰ ਪ੍ਰਚਾਰਕ ਦੇ ਵਜੋਂ ਵੱਡੀ ਮੰਗ ਰਹੀ ਹੈ ਪਰ ਮਾਲਵੇ ਦੇ ਕਿਸੇ ਵੀ ਪਾਇਪਾ ਅਮੀਰਬਾਰ ਨੇ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਦੇ ਲਈ ਸੱਦਾ ਨਹੀਂ ਦਿੱਤਾ ਨਵਜੋ ਸਿੰਘਾ ਸੱਦੂ ਵੀ ਮਾਲਵੇ ਦੇ ਵੇਚ ਚ ਸਟਾਰ ਪ੍ਰਚਾਰਕ ਦੇ ਵਜੋਂ ਵਿਚਾਰਦੇ ਰਹੇ ਹਨ ਪਰ ਉਹਨਾਂ ਨੇ ਇਹਨਾਂ ਚੋਣ ਦੌਰਾਨ ਮਾਲਵੇ ਜਾਂ ਪੰਜਾਬ ਦੇ ਵਿੱਚ ਇੱਕ ਵੀ ਚੋਣ ਰੈਲੀ ਨਹੀਂ ਕੀਤੀ ਸੂਤਰਾਂ ਦੇ ਅਨੁਸਾਰ ਕਾਂਗਰਸ ਆਮ ਆਦਮੀ ਪਾਰਟੀ ਪਾਈਪਾਤੇ ਆਕਾਲੀ ਦਲ ਨੇ ਹਜੇ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਕੋਈ ਵੀ ਸੂਚੀ ਜਾਰੀ ਨਹੀਂ ਕੀਤੀ ਜਦੋਂ ਕਿ ਹਰ ਚੋਣ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਅਜਿਹਾ ਕਰ ਰਹੀਆਂ ਹਨ ਅਜਿਹਾ ਕਰਦੀਆਂ ਰਹੀਆਂ ਹਨ ਦਲ ਬਦਲੇ ਦੀ ਮੁਹਿੰਮ ਦੇ ਕਾਰਨ ਸਾਰੀਆਂ ਪਾਰਟੀਆਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨ ਤੋਂ ਟਾਲਾ ਬਟ ਰਹੀਆਂ ਹਨ